ਤੁਸੀਂ ਸਾਰੇ ਭਲੀ ਭਾਤੀ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਆਸੀ ਬਦਲਾਖੋਰੀ ਦੇ ਤਹਿਤ ਸਰਦਾਰ ਬਿਕਰਮ ਸਿੰਘ ਮਜੀਠੀਆ ਉੱਤੇ ਇੱਕ 16 ਸਾਲ ਪੁਰਾਣੇ ਕੇਸ ਦੇ ਵਿੱਚ 10 ਦਿਨਾਂ ਦੇ DGP ਦੇ ਸਾਈਨਾਂ ਹੇਠ ਹਨੇਰੀਆਂ ਰਾਤਾਂ ਦੇ ਵਿੱਚ ਇੱਕ ਝੂਠਾ ਪਰਚਾ ਦਿੱਤਾ ਗਿਆ। ਔਰ ਇਸੇ ਕੇਸ ਦੇ ਮੈਰਿਟਸ ਨੂੰ ਦੇਖਦੇ ਹੋਏ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਉੱਤੇ ਰੋਕ ਲਾਈ ਸੀ। ਔਰ ਜੋ ਜੋ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਉਹਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਪੰਜਾਬ ਪੁਲਿਸ ਦੇ ਨਾਲ ਕੋਆਪਰੇਟ ਕੀਤਾ, 3 ਵਾਰੀ ਪੰਜਾਬ ਪੁਲਿਸ ਦੀ ਸਿੱਟ ਅੱਗੇ ਪੇਸ਼ ਹੋਏ ਔਰ ਜੋ ਜੋ ਉਹਨਾਂ ਨੇ ਪੁੱਛਿਆ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਵਿਸਥਾਰ ਨਾਲ ਦੱਸਿਆ। ਪਰ ਹੁਣ ਇਸ ਕੇਸ ਦੀ ਪੈਂਡੈਂਸੀ ਦੇ ਦੌਰਾਨ ਸੁਪਰੀਮ ਕੋਰਟ ਨੇ ਜਨਵਰੀ ਦੇ ਵਿੱਚ ਇੱਕ ਨਵੀਂ ਜੱਜਮੈਂਟ ਦਿੱਤੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ NDPS ਕੇਸਾਂ ਦੇ ਸੈਕਸ਼ਨ 37 ਦੇ ਵਿੱਚ ਕਿਸੇ ਨੂੰ ਵੀ ਐਂਟੀਸਪੇਟਰੀ ਬੇਲ ਨਾ ਦਿੱਤੀ ਜਾਵੇ ਔਰ ਇਹ ਸਾਰੇ ਹਿੰਦੁਸਤਾਨ ਉੱਤੇ ਲਾਗੂ ਹੋਊਗਾ, ਕਿਉਂਕਿ ਸੁਪਰੀਮ ਕੋਰਟ ਇੱਕ ਸੁਪਰੀਮ ਅਦਾਲਤ ਹੈ, ਇਸ ਲਈ ਸਾਰੀਆਂ ਕੋਰਟਾਂ ਉਹਦੇ ਹੁਕਮ ਨਾਲ ਬੰਨੀਆਂ ਨੇ। ਸੋ ਇਹ ਕੇਸ ਹੁਣ ਸੁਪਰੀਮ ਕੋਰਟ ਅੱਗੇ ਪੁੱਟਅਪ ਕਰਨਾ ਪਏਗਾ, ਇਹਦੇ ਮੈਰਿਟਸ ਇਹਦੇ ਡੀਮੈਰਿਟਸ ਹੁਣ ਸੁਪਰੀਮ ਕੋਰਟ ਦੇਖੇਗੇ। ਇਸੇ ਗੱਲ ਕਰਕੇ ਅਸੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸਮਾਂ ਮੰਗਿਆ ਕਿ ਸਾਨੂੰ ਸਮਾਂ ਦਿੱਤਾ ਜਾਵੇ ਤਾਂ ਜੋ ਅਸੀਂ ਉੱਥੇ SLP ਫਾਈਲ ਕਰ ਸਕੀਏ। ਔਰ ਉਹ ਜਿਹੜੀ ਸਾਡੀ ਪ੍ਰੇਅਰ ਹੈ ਉਹ ਹਲੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਅੰਡਰ ਕੰਸੀਡਰੇਸ਼ਨ ਹੈ। ਪਰ ਮੈਂ ਹੈਰਾਨ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਬਿਕਰਮ ਮਜੀਠੀਆ ਸਾਹਿਬ ਦੇ ਘਰ ਰੇਡ ਕਰ ਰਹੀ ਹੈ। ਉਹ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਤਾਂ ਆ ਲੈਣ ਦਿਓ, ਉਹ ਕਾਪੀ ਤਾਂ ਪੜ੍ਹ ਲਓ, ਸਾਨੂੰ ਸਮਾਂ ਦਿੰਦੇ ਨੇ ਨਹੀਂ ਦਿੰਦੇ ਉਹ ਤੋਂ ਬਾਅਦ ਜਿਹੜੇ ਅੱਗੇ ਆ ਸਿਆਸੀ ਹਥਕੰਡੇ ਨੇ ਇਹ ਉਹ ਤੋਂ ਬਾਅਦ ਵੀ ਕੀਤੇ ਜਾ ਸਕਦੇ ਨੇ, ਕਿਉਂਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਲੋਕਾਂ ਦੇ ਲੀਡਰ ਨੇ ਅਤੇ ਲੋਕਾਂ ਦੇ ਵਿੱਚ ਨੇ। ਅੱਗੇ ਵੀ ਸਿਆਸੀ ਕੁਛ ਲੋਕ ਕਹਿੰਦੇ ਸੀ ਉਹ ਤਾਂ ਦੇਸ਼ ਤੋਂ ਬਾਹਰ ਚਲੇ ਗਏ, ਪਰ ਸਭ ਨੇ ਦੇਖਿਆ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਉਰੇ ਹੀ ਸੀ, ਲੋਕਾਂ ਦੇ ਵਿੱਚ ਸੀ। ਸੋ ਹੁਣ ਮੈਂ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਪਹਿਲਾਂ ਪੜ੍ਹ ਲਈਏ, ਉਹ ਤੋਂ ਬਾਅਦ ਅਗਲੀ ਕਾਰਵਾਈ ਕਰੀਏ, ਕਿਤੇ ਕੰਟੈਂਪਟ ਆਫ ਕੋਰਟ ਦੇ ਵਿੱਚ ਆਪਾਂ ਨਾ ਫਸ ਜਾਈਏ। ਔਰ ਜਿੱਥੇ ਤੱਕ ਗੱਲ ਰਹੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਔਰ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਹਾਈ ਕੋਰਟ ਦੇ ਇੱਕ ਇੱਕ ਸ਼ਬਦ ਦਾ, ਇੱਕ ਇੱਕ ਲਾਈਨ ਦਾ ਉਸ ਆਰਡਰ ਨੂੰ ਲੈਟਰ ਐਂਡ ਸਪਿਰਿਟ ਦੇ ਵਿੱਚ ਫੋਲੋ ਕੀਤਾ ਜਾਊਗਾ ਔਰ ਜੋ ਸਾਡੇ ਕੋਲ ਆਪਣੇ ਲੀਗਲ ਕੋਰਸ ਨੇ ਉਹ ਵੀ ਅਸੀਂ ਅਡੋਪਟ ਕਰਾਂਗੇ।